ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਆ? ਆਏ ਸੀ ਜਿੰਮ ਅਤੇ ਅੱਜ ਭਾਈ ਪ੍ਰੈਸ ਦੇ ਸੈੱਟ ਅੱਜ ਲਾਉਂਦੇ ਪਏ ਹਾਂ। ਅੱਜ ਮੰਡੇ ਨੂੰ ਆਪਾਂ ਪ੍ਰੈਸ ਲਾਈ ਦੀ ਆ ਅਤੇ ਹੈਪੀ ਲਾਉਣ ਡਿਆ ਮੈਂ ਸੈੱਟ ਲਾ ਕੇ ਆਇਆ। ਹੁਣ ਸੈੱਟ ਉਹ ਫਿਨਿਸ਼ ਹੋ ਗਏ ਆਪਣੇ ਸੈੱਟ, ਹੁਣ ਆਪਾਂ ਇੱਥੇ ਲਾਵਾਂਗੇ ਸੈੱਟ। ਅਤੇ ਵਧੀਆ ਸਵੇਰੇ ਸਵੇਰੇ ਉੱਠਣ ਨਾਲ ਸਰੀਰ ਐਕਟਿਵ ਰਹਿੰਦਾ ਆ। ਮੈਂ ਰਹਿੰਦਾ ਵੀ ਸਾਰੇ ਜਿਮ 'ਤੇ ਪ੍ਰੈਕਟਿਸ ਕਰਿਆ ਕਰੋ, ਸਰੀਰ ਸੈੱਟ ਰਵੇ, ਨਾ ਕਿਤੇ ਛੱਡੋ। ਅਤੇ ਕੁਝ ਨਹੀਂ ਰੱਖਿਆ ਇਹਨਾਂ ਕੰਮਾਂ ਦੇ ਵਿੱਚ। ਦੋ ਦਿਨ ਤੋਂ ਵਲੌਗ ਨਹੀਂ ਆਏ ਸੀ ਅਤੇ ਕਿਸੇ ਕਾਰਨ ਕਰਕੇ, ਅਤੇ ਅੱਜ ਤੋਂ ਫਿਰ ਡੇਲੀ ਵਲੌਗ ਸ਼ੁਰੂ ਹੋਣਗੇ। ਅਤੇ ਮੋਰਨਿੰਗ ਵਾਲਾ ਵਲੌਗ ਜਿਹੜਾ ਹੁੰਦਾ ਨਾ, ਉਹ ਸਾਡਾ ਜਿੰਮ ਦਾ ਹੀ ਹੋਇਆ ਕਰੂਗਾ ਡੇਲੀ। ਜਿੰਮ ਸਵੇਰੇ ਆਉਣ ਦਾ, ਫਿਰ ਉੱਠਣ ਦਾ, ਕੀ ਖਾਣਾ ਕੀ ਪੀਣਾ, ਇਹ ਹੋਇਆ ਕਰੂਗਾ ਰੋਜ਼ਾਨਾ ਡੇਲੀ। ਅਤੇ ਰੱਬ ਜੀ ਨਿਗੜ ਦਿਨ ਚੜ੍ਹ ਗਿਆ, 7 ਵੱਜ ਗਏ ਆ ਦਿਨ ਦੇ, ਅਤੇ ਧੁੰਦ ਅਜੇ ਵੀ ਕਾਫੀ ਆ। ਗੰਨੇ ਵਾਲੀਆਂ ਟਰਾਲੀਆਂ ਜਾਣ ਡੀਆਂ ਆ ਅਤੇ ਵਾਪਸ ਜਾ ਰਹੇ ਸੀ ਘਰ ਜਿੰਮ 'ਚੋਂ, ਅਤੇ ਠੰਡ ਜਾਣ ਦਾ ਨਾਂ ਹੀ ਨਹੀਂ ਲੈਂਦੀ, ਅਜੇ ਠੰਡ ਕਾਫੀ ਆ। ਲਾਈਟਾਂ ਚੱਲ ਪਈਆਂ ਅੱਜ, ਫਿਰ ਕੱਲ੍ਹ ਧੁੱਪ ਲੱਗੀ ਉਹਦੇ ਕਰਕੇ ਫਿਰ ਚੱਲ ਪਈਆਂ ਲੱਗਦਾ ਸਾਰੀਆਂ ਹੀ, ਕਦੀ ਚੱਲ ਪੈਂਦੀਆਂ ਕਦੀ ਬੰਦ ਹੋ ਜਾਂਦੀਆਂ। ਵੇਖੋ ਤੁਸੀਂ ਸੜਕ 'ਤੇ ਐਂ ਸੁਨਸਾਨ, ਕਿੰਨਾ ਵਧੀਆ ਲੱਗਣ ਡਿਆ। ਅਤੇ ਹੋਰ ਇੱਕ ਘੰਟੇ ਬਾਅਦ ਇੱਥੇ ਰੌਣਕ ਹੋ ਜਾਣੀ ਆ, ਗੱਡੀਆਂ ਚੱਲਣ ਲੱਗ ਪੈਣੀਆਂ, ਪ੍ਰਦੂਸ਼ਣ ਹੋ ਜਾਣਾ। ਅਜੇ ਲੋਕ ਸੁੱਤੇ ਲੱਗਦਾ ਆ, ਇੰਨੀ ਜਲਦੀ ਨਹੀਂ ਉੱਠਦੇ ਲੱਗਦਾ। ਲਓ ਜੀ, ਸਵੇਰ ਸਵੇਰ ਦਾ ਮੌਸਮ ਆ, ਵਧੀਆ, ਕਿੰਨਾ ਵਧੀਆ ਆ, ਲੱਗ ਰਿਹਾ ਆ, ਠੰਡੀ ਠੰਡੀ ਹਵਾ ਚੱਲਣ ਡੀ ਆ। ਅਤੇ ਸਵੇਰੇ ਸਵੇਰੇ ਬੰਦਾ ਜਾਂ ਰਨਿੰਗ ਕਰਕੇ ਜਾਂ ਜਿੰਮ 'ਚ ਹੋ ਕੇ ਆ ਜੇ ਤਾਂ ਸਾਰਾ ਦਿਨ ਵਧੀਆ ਲੰਘਦਾ ਜੀ, ਸਾਰਾ ਦਿਨ ਸਰੀਰ ਸੈੱਟ, ਅਤੇ ਖਾਣ ਪੀਣ ਵੀ ਬੰਦੇ ਦਾ ਪਚ ਜਾਂਦਾ ਆ ਸਾਰਾ ਦਿਨ। ਮੈਂ ਤਾਂ ਇਹੀ ਕੰਮ ਕਹਿੰਦਾ ਸਾਰਿਆਂ ਨੂੰ,
ਗਲਤ ਬੰਨੇ ਨਾ ਜਾਓ ਤੇ ਸਰੀਰ ਆਪਣਾ ਸੈੱਟ ਰੱਖੋ, ਨਸ਼ੇ ਨਾ ਕਰੋ। ਇੱਦਾਂ ਦੀਆਂ ਚੀਜ਼ਾਂ ਦੇ ਵਿੱਚੋਂ ਕੁਝ ਨਹੀਂ ਮਿਲਦਾ, ਫਾਲਤੂ ਚੀਜ਼ਾਂ ਹੁੰਦੀਆਂ ਇੱਦਾਂ ਦੀਆਂ। ਹੈਪੀ ਵੀ ਨਾਲ ਆ।